ਦੋਸਤੋ ਅਕਲਬਿਆ ਸਕੂਲ ਆਫ ਗਾਈਡੈਂਸ ਦੇ ਇਸ ਸਤਰ ਵਿੱਚ ਆਪ ਸਭ ਦਾ ਸਵਾਗਤ ਹੈ ਪਿਛਲੇ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ 6ਵੀਂ ਵਰ 5ਵੀਂ 6ਵੀਂ ਸਦੀ ਦੇ ਦੌਰਾਨ ਜਿਹੜੀ ਰਿਲੀਜੀਅਸ ਅਨਰੈਸਟ ਹੋਈ ਰਿਲੀਜੀਅਸ ਰੈਵੋਲੂਸ਼ਨ ਹੋਇਆ ਉਸ ਵਿੱਚ ਬਹੁਤ ਸਾਰੇ ਨਵੇਂ-ਨਵੇਂ ਸੈਕਟਸ ਨੇ ਉਹਨਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਦੋ ਮੇਜ਼ਰ ਸੈਕਸ ਨੇ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ ਔਰ ਬਾਕੀ ਸੈਕਟ ਜਿਹੜੇ ਨੇ ਉਹ ਭਾਰਤ ਦੀ ਲੋਕਾਂ ਦੇ ਮਨਾਂ ਦੇ ਵਿੱਚੋਂ ਵਿਸਰਦੇ ਗਏ ਉਨ ਦੋ ਸੈਕਸ ਦੇ ਵਿੱਚ ਜੈਨ ਤੇ ਬੋਧ ਤਰੰ ਦਾ ਜ਼ਿਕਰ ਹੈ। ਔਰ ਇਹ ਦੋਨਾਂ ਤਰ੍ਹਾਂ ਨੇ ਭਾਰਤ ਦੀ ਸੁਸਾਇਟੀ ਦੇ ਉੱਤੇ ਇੰਡੀਅਨ ਸੁਸਾਇਟੀ ਦੇ ਉੱਤੇ ਜ਼ਿਕਰ ਜੋ ਅਸਰ ਪਿਆ ਹੈ। ਔਰ ਇੰਟਰਨਾ ਵਿੱਚ ਐਗਜ਼ਾਮੀਨਰਾਂ ਦੀ ਇਹ ਪਸੰਦੀਦਾ ਵਿਸ਼ਾ ਰਿਹਾ ਹੈ ਇਸ ਕਰਕੇ ਅੱਜ ਅਸੀਂ ਇਸ ਵੀਡੀਓ ਵਿੱਚ ਜੈਨ ਧਰਮ ਦੀ ਬੇਸਿਕ ਜਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਹਨਾਂ ਪੁਆਇੰਟਾਂ ਦਾ ਜ਼ਰੂਰ ਜ਼ਿਕਰ ਕਰਾਂਗੇ ਜਿਨ੍ਹਾਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਆਦਰਵਾਇਜ਼ ਜੇ ਕਿਸੇ ਧਰਮ ਬਾਰੇ ਜ਼ਿਕਰ ਕਰਨਾ ਹੋਵੇ ਤੇ ਕਈ ਗ੍ਰੰਥ ਨੇ ਹਰ ਗ੍ਰੰਥ ਦੇ ਵਿੱਚ ਆਪਣਾ ਆਪਣਾ ਥਿਊ ਪੁਆਇੰਟ ਹੈ। ਤੋਂ ਬਹੁਤ ਸਮਾਂ ਲੱਗ ਜਾਂਦਾ ਹੈ। ਪਰ ਬ੍ਰੀਫ ਦੇ ਵਿੱਚ ਲੈਗਜ਼ਾਮਿਨੇਸ਼ਨ ਪੁਆਇੰਟ ਦੇ ਤੋ ਉਹ ਜੈਨਿਜ਼ਮ ਦਾ ਜ਼ਿਕਰ ਕਰਾਂਗੇ। ਜੈਨ ਧਰਮ ਦੇ ਮੋਢੀ ਮਹਾਵੀਰ ਜੈਨ ਸਾਰਿਆਂ ਨੂੰ ਪਤਾ ਹੈ। ਔਰ ਉਹ ਇੱਕ ਚੰਗੇ ਸਰਦ ਦੇ ਪੁੱਜੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ। ਰਾਜ ਘਰਾਣਿਆਂ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਵੀ ਸੀ ਕਸ਼ਤਰੀ ਕੁਲ ਦੇ ਵਿੱਚੋਂ ਉਹ ਜਨਮੇ ਅਰ ਉਹਨਾਂ ਦੇ ਇਹ ਧਰਮ ਨੂੰ ਪ੍ਰਚਾਰਨ ਤੋਂ ਪਹਿਲਾਂ ਇੱਕ ਪਰੰਪਰਾ ਚੱਲ ਰਹੀ ਸੀਗੀ ਜਿਨ੍ਹਾਂ ਨੂੰ ਤਿਰਥਾਂਕ ਜਾਂ ਤੇਥਾਂਕ ਕਹਿੰਦੇ ਗਏ ਰਹੇ ਨੇ ਉਹ ਤਿਰਥਾਂਕ ਰਿਲੀਜੀਅਸ ਲੀਡਰ ਸਨ ਜਿਨ੍ਹਾਂ ਨੇ ਇਸ ਧਰਮ ਦੀ ਮੁੱਢ ਬੰਦ ਦਿੱਤਾ ਸੀਗਾ ਕਿਹਾ ਜਾਂਦਾ ਕਿ ਮਾਵੀਰ ਚਵੀਵੇਂ ਤਿਰਥੰਕਰ ਸੰ ਪਾਰਸ਼ੁਨਾਥ ਤੇਰੀਸ਼ਬਨਾਥ ਇਹਨਾਂ ਦੋਨਾਂ ਦਾ ਜ਼ਿਕਰ ਹਰ ਟੈਕਸਟ ਦੇ ਵਿੱਚ ਮਿਲਦਾ ਹੈ ਇਨਾਂ ਦੀ 30 ਸਾਲ ਦੀ ਉਮਰ ਵਿੱਚ ਇਹਨਾਂ ਨੇ ਸੰਨਿਆਸ ਲੈ ਲਿਆ ਔਰ 42 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਜਿਹਨੂੰ ਕਵੱਲਿਆ ਕਹਿੰਦੇ ਆ ਜਿਹਨੂੰ ਜਨਾ ਕਹਿੰਦੇ ਆ ਔਰ ਉਸ ਗਿਆਨ ਦਾ ਅਗਲੇ 30 ਸਾਲ ਪਰਮਨ ਤਰਕੇ ਇਹਨਾਂ ਨੇ ਪ੍ਰਚਾਰ ਕੀਤਾ 72 ਸਾਲ ਦੀ ਉਮਰ ਵਿੱਚ ਪਾਵਾਪੁਰੀ ਰਾਜਗੀਰ ਦੇ ਵਿੱਚ ਹੈ ਉੱਥੇ ਇਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਅਰੇ ਇਹਨਾਂ ਦੀ ਜੋ ਸਿੱਖਿਆ ਸੀਗੀ ਉਹਨੂੰ ਬਾਅਦ ਵਿੱਚ ਕੰਟੀਨਿਊ ਰੱਖਿਆ ਜਾਂਦਾ ਹੈ ਤਿੰਨ ਬੇਸਿਕ ਥੰਮਸ ਹਨ ਇਹਨਾਂ ਦੇ ਸਖੇਧ ਪਹਿਲਾ ਹਿੰਸਾ ਹਿੰਸਾ ਸ਼ਬਦਾਂ ਤੱਕ ਦੀ ਹਿੰਸਾ ਵੀ ਨਹੀਂ ਕਰਨੀ ਇਥੋਂ ਤੱਕ ਕਿ ਅੱਜ ਵੀ ਸਾਨੂੰ ਕਈ ਜੈਨ ਮਿਲਦੇ ਨੇ ਜੈਨ ਨੰਨਸ ਮਿਲਦੀਆਂ ਨੇ ਜੈਨ ਮੰਕਸ ਮਿਲਦੇ ਨੇ ਉਹਨਾਂ ਨੇ ਮੂੰਹ ਤੇ ਵੀ ਪੱਟੀ ਬੱਦੀ ਹੁੰਦੀ ਹੈ ਔਰ ਇਸ ਪੱਟੀ ਬੰਦਨ ਦਾ ਮਤਲਬ ਇਹ ਹੀ ਹੈ ਕਿ ਜੋ ਹਵਾ ਦੇ ਵਿੱਚ ਵੀ ਕਿਤੇ ਜੀਵ ਹੈ ਉਹ ਸਾਡੇ ਅੰਦਰ ਨਾ ਚਲ ਜਵੇ ਸਾਡੇ ਕੋ ਉਹਦੀ ਹਤਿਆਨਾ ਹੋ ਜਵੇ ਕਿਥੋਂ ਤੱਕ ਦੀ ਅਹਿੰਸਾ ਦਾ ਉਹਨਾਂ ਨੇ ਪਾਲਣ ਕੀਤਾ ਅਰ ਉਹਨਾਂ ਦੇ ਅਨਿਆਈ ਕਰ ਰਹੇ ਹਨ ਦੂਸਰਾ ਥਮ ਹੈ अनेਕਤਨ ਵਾਦ अनेਕਤਨ ਵਾਦ ਦਾ ਮਤਲਬ ਹੈ ਕਿ ਕਿਸੇ ਸਬਸਟੈਂਸ ਨੂੰ ਕਿਸੇ ਸੱਚ ਨੂੰ ਕਿਸੇ ਚੀਜ਼ ਨੂੰ ਕਿਸੇ ਆਬਜੈਕਟ ਨੂੰ ਤੁਸੀਂ ਇੱਕ ਨਜ਼ਰ ਦੇ ਨਾਲ ਵੇਖ ਕੇ ਉਹਨੂੰ ਉਹਦਾ ਫੈਸਲਾ ਨਹੀਂ ਕਰ ਸਕਦੇ ਕਿ ਇਹ ਚੀਜ਼ ਹੈ ਜਾਂ ਇੱਕ ਪੁਆਇੰਟ ਆਫ 뷰 ਤੋਂ ਕਿਸੇ ਵੀ ਚੀਜ਼ ਨੂੰ ਦੇਖਣ ਦਾ ਇਹਨਾਂ ਨੇ ਵਿਰੋਧ ਕੀਤਾ ਹੈ ਇਹ ਕਹਿੰਦੇ ਕਿ ਕਈ ਪੁਆਇੰਟ ਆਫ 뷰 ਹੋ ਸਕਦੇ ਨੇ ਉਹ ਸੱਚ ਨੂੰ ਦੇਖਣ ਦੇ ਔਰ ਇਸ ਹਰੀ ਫਰੇਜ਼ ਨੂੰ ਇਹ ਅਨੇਕ ਧੰਨਵਾਦ ਕਿੰਦੇ। ਔਰ ਤੀਸਰਾ ਜੋ ਇਹਨਾਂ ਦਾ ਬਹੁਤ ਵੱਡਾ ਥੰਮ ਰਿਹਾ ਹੈ ਇਹਨਾਂ ਦੀ ਫਿਲਾਸਫੀ ਦਾ ਉਹ ਅਪਰਾਹ ਅਪਗ੍ਰਹਿ ਹੈ। ਅਪਗ੍ਰਹਿ ਦਾ ਮਤਲਬ ਹੈ ਕਿ ਸੰਿਆਸ। ਸੋ ਇਹ ਸੱਚ ਦੀ ਖੋਜ ਜਿਹੜੀ ਹੈ ਉਹ ਕਹਿੰਦੇ ਸੰਿਆਸ ਤੋਂ ਬਗੈਰ ਪੋਸੀਬਲ ਨਹੀਂ ਹੈ। ਤੋਂ ਇਹਨਾਂ ਦੀ ਮੌਤ ਹੋ ਬਗ ਇਸ ਤਰ੍ਹਾਂ ਦੇ ਦੋ ਵੱਡੇ ਤਨੰਤਰ ਹੋਏ ਨੇ। ਭਦਰਬਾਹੂ ਤੇ ਸੇਲਬਾਹੂ ਕਹਿੰਦੇ ਕਿ ਉਸ ਇਲਾਕੇ ਦੇ ਵਿੱਚ ਬਹੁਤ ਵੱਡਾ ਕਾਲਾ ਗਿਆ ਅਰ ਲੋਕ ਭੁੱਖ ਨਾਲ ਮਰਨ ਲੱਗੇ ਤੇ ਫੂਡ ਦੀ ਬਹੁਤ ਕਾਟ ਸੀਗੀ ਤੋਂ ਪਧਰਵਾਉ ਨੇ ਸੋਚਿਆ ਕਿ ਕਿਉਂ ਨਾ ਹੋਵੇ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਇੱਥੋਂ ਪਲਾਨ ਕਰ ਲਿਆ ਜਾਵੇ ਔਰ ਸਾਊਥ ਵੱਲ ਨੂੰ ਜਿਹੜਾ ਹੈ ਉੱਥੇ ਜਾ ਕੇ ਰਹਿ ਕੇ ਤਾਂ ਕਿ ਇੱਥੋਂ ਦੇ ਲੋਕਾਂ ਦੇ ਉੱਤੇ ਭਾਰ ਘਟ ਜਾਵੇ ਤੇ ਇਹਨਾਂ ਨੂੰ ਰਾਸ਼ਨ ਮਿਲ ਸਕੇ ਨਾਲ ਰਾਜਾ ਵੀ ਗਿਆ। ਤੋਂ ਉੱਥੇ ਸਾਊਥ ਵਿੱਚ ਕਰਨਾਟਕ ਵਿੱਚ ਗਏ। ਕਰਨਾਟਕ ਦੇ ਵਿੱਚ ਕਾਫੀ ਸਮਾਰਣ ਤੋਂ ਬਾਅਦ ਉੱਥੇ ਰਾਜੇ ਨੇ ਇੱਕ ਇਹਨਾਂ ਦੀ ਸﻠੇਖਨਾ ਪ੍ਰੀਤੀ ਹੈ ਉਹਦੇ ਨਾਲ ਆਪਣੇ ਪ੍ਰਾਨ ਤੱਕ ਅਤਿਆਗੇ। ਸﻠੇਖਨਾ ਵਿੱਚ ਕੀ ਕਰਦੇ ਨੇ ਇਹ ਕਿ ਆਪਣਾ ਖੁਰਾਕ ਜਿਹੜੀ ਹੈ ਉਹ ਦਿਨ ਬਦਨ ਜਲ ਖੁਰਾਕ ਇਹ ਘਟ ਕਰਦੇ ਰਹਿੰਦੇ ਹਨ ਔਰ ਸਲੋਲੀ ਸਲੋਲੀ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਆ ਇਹਨੂੰ ਰਿਲੀਜੀਅਸ ਡੈਥ ਵੀ ਕਹਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਪਾਦਰ ਬਾਗੂ ਜੀ ਆਪਣੇ ਇਸ ਇਲਾਕੇ ਵਿੱਚ ਆਉਂਦੇ ਨੇ ਤੇ ਜਿਹੜੇ ਸਥਲ ਬਹੁਤ ਸਨ ਉਹ ਇਸ ਇਲਾਕੇ ਵਿੱਚ ਵਿਚਰੇ ਸਨ ਉਹਨਾਂ ਆ ਕੇ ਕੀ ਦੇਖਿਆ ਕਿ ਉਹਨਾਂ ਦੇ ਉਨਿਆਈ ਚਿੱਟੇ ਕੱਪੜੇ ਜਿਹੜੇ ਹੈ ਉਹ ਪਾਣੀ ਸ਼ੁਰੂ ਕਰ ਦਿੱਤੇ ਜਿਸ ਦਾ ਇਹਨਾਂ ਨੇ ਆ ਕੇ ਵਿਰੋਧ ਕੀਤਾ ਬਰੋਸ ਵਿਰੋਧ ਦੇ ਵਿੱਚੋਂ ਦੋ ਸਖਤ ਪੈਦਾ ਹੋ ਗਏ ਦੋ ਇਹਨਾਂ ਦੀਆਂ ਬ੍ਰਾਂਚੀਆਂ ਪੈਦਾ ਹੋ ਗਈਆਂ ਜਿਨ੍ਹਾਂ ਨੂੰ ਇੱਕ ਨੂੰ ਸਤੰਬਰ ਕਿਹਾ ਗਿਆ ਜਿਹੜੇ ਚਿੱਟੇ ਕੱਪੜੇ ਪਾਉਂਦੇ ਸਨ ਜਿਹੜੇ ਨੰਗੇ ਰਹਿੰਦੇ ਸਨ ਉਹਨਾਂ ਨੂੰ ਦਗੰਬਰ ਕਿਹਾ ਗਿਆ ਇਹ ਦੋ ਬ੍ਰਾਂਚਾਂ ਦੇ ਵਿੱਚੋਂ ਸਤੰਬਰ ਬ੍ਰਾਂਚ ਦੀਆਂ ਅੱਗੇ ਹੋਰ ਬ੍ਰਾਂਚਾਂ ਪੈਦਾ ਹੋਈਆਂ ਜਿਨ੍ਹਾਂ ਦੇ ਵਿੱਚੋਂ ਜ਼ਿਕਰ ਜੋਗ ਹੈ ਆ ਸਥਾਨਕਵਾਦੀ ਮੰਦਰਵਾਦੀ ਔਰ ਡੇਰਾਵਾਦੀ ਇਹ ਮੂਲ ਬ੍ਰਾਂਚਾਂ ਜਿਹੜੀਆਂ ਹੈਗੀਆਂ ਬਾਅਦ ਵਿੱਚ ਇਹਨਾਂ ਨੇ ਜੈਨ ਤਰਬ ਨੂੰ ਲੋਕਾਂ ਵਿੱਚ ਪਹੁੰਚਾਇਆ ਔਰ ਭਾਰਤ ਵਿੱਚ ਜੈਨ ਦੀ ਸੰਖਿਆ ਇਹਨਾਂ ਦੀ ਗਿਣਤੀ 4.5 ਬਿਲੀਅਨ ਦੇ ਮਿਲੀਅਨ ਦੇ ਸੌਰੀ ਕਰੀਬ ਹੈ 1911 ਦੀ ਸੈਂਸਸ ਦੇ ਮੁਤਾਬਕ ਇਹ ਧਰਮ ਕੱਲਾ ਭਾਰਤ ਵਿੱਚ ਹੀ ਨਹੀਂ ਹੋਰ ਨਾਂ ਦੇਸ਼ਾਂ ਦੇ ਵਿੱਚ ਵੀ ਇਸ ਦੀ ਸ਼ਵੀ ਮਿਲਦੀ ਹੈ ਜਾਪਾਨ ਕੈਨੇਡਾ ਯੂਐਸਏ ਐਂਡ ਯੂਰਪੀਅਨ ਦੇਸ਼ ਔਰ ਇਹਨਾਂ ਦਾ ਮੋਟੋ ਹੈ ਪਰਸਪਰ ਗ੍ਰਹਿ ਜੀਵੰਤਮ ਜਿਹਦਾ ਮਤਲਬ ਇਹ ਹੈ ਕਿ ਜਿਹੜੀ ਆਤਮਾ ਆ ਉਹ ਇੱਕ ਦੂਜੇ ਦੇ ਭਲੇ ਲਈ ਕੰਮ ਕਰਨਗੀਆਂ ਔਰ ਸਾਰੀਆਂ ਆਤਮਾ ਮਿਲ ਜੁੜ ਕੇ ਰਹਿਣ ਗਿਆ। ਔਰ ਜਦੋਂ ਮੋਂਖ ਦਾ ਜੀਵਨ ਅਖਤਿਆਰ ਕਰਦਾ ਹੈ ਕੋਈ ਸ਼ਰਧਾਲੂ ਤਾਂ ਉਹਨਾਂ ਨੂੰ ਪੰਜ ਵਰਤ ਜਿਹੜੇ ਹੈਗੇ ਆ ਉਹ ਲੈਣੇ ਪੈਂਦੇ ਨੇ। ਅਹਿੰਸਾ ਸੱਚ ਯਾਨੀ ਕਿ ਟਰੂਥ ਅਸਤ ਅਸਤਿਆ ਅਸਤਿਆ ਦਾ ਮਤਲਬ ਹੈ ਇੱਥੇ ਕਿ ਚੋਰੀ ਨਾ ਕਰਨਾ। ਬ੍ਰਹਮਚਾਰੀਅ ਇਨਕ ਕੁਮਾਰਾਪਨ ਅਤੇ ਅਪਾਰਗ੍ਰਹਿ ਹੈ ਜਿਸ ਦਾ ਮਤਲਬ ਹੈ ਕਿ ਨਾਨ ਪੋਜੈਸਿਵਨੈਸ ਨਾਨ ਪੋਜੈਸਿਵਨੈਸ ਦਾ ਜੇ ਇਹਨੂੰ ਥੋੜਾ ਜਿਹਾ ਦੇਖੀਏ ਤੇ ਇਹਦਾ ਮਤਲਬ ਹੈ ਕਿ ਵਰਲਡਲੀ ਜਿਹੜੀਆਂ ਚੀਜ਼ਾਂ ਹਨ ਕਾਰ ਬਾਰ ਰਿਸ਼ਤੇ ਨੱਤੇ ਉਹਨਾਂ ਸਾਰਿਆਂ ਤੋਂ ਜਕੜ ਜਿਹੜੀ ਹੈਗੀ ਆ ਪਕੜ ਜਿਹੜੀ ਹੈਗੀ ਆ ਉਹ ਢਿੱਲੀ ਕਰਨੀ ਆ ਤੇ ਢਿੱਲੀ ਕਰਦੇ ਕਰਦੇ ਉਹਨੂੰ ਤਿਆਗ ਦੇਣਾ ਮੰਤਰ ਇਹਨਾਂ ਦਾ ਹੈ ਓਮ ਜਿਹਨੂੰ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਸਟਰੋਂਗੇਸਟ ਪ੍ਰੇਅਰ ਦੇ ਵਿੱਚ ਬਦਲਿਆ ਜਿੰਨوں ਕਿਹਾ ਇਹਨਾਂ ਨੇ ਨਮੋਕਾਰ ਇਸ ਧਰਮ ਜੇਕਰ ਇਸ ਧਰਮ ਦੀ ਗੱਲ ਅਸੀਂ ਫਿਲਾਸਫੀਕਲ ਕਰੀਏ ਜਾਂ ਇਸ ਧਰਮ ਦੀਆਂ ਸਿਖਾਵਾਂ ਸਿੱਖਿਆਵਾਂ ਦੀ ਗੱਲ ਕਰੀਏ ਵਿਸ਼ਵਾਸ ਦੀ ਗੱਲ ਕਰੀਏ ਕਿਹੜੇ ਕਿਹੜੇ ਵਿਸ਼ਵਾਸ ਰੱਖਦੇ ਸਨ ਦਰਸ਼ਨ ਕਿਦਾਂ ਦਾ ਸੀਗਾ ਉਹਦੇ ਵਿੱਚ ਸਾਨੂੰ ਤਿੰਨਾ ਚਾਰ ਪੁਆਇੰਟ ਅਸ ਦੇ ਉੱਤੇ ਡਿਸਕਸ ਕਰਨਾ ਪਵੇਗਾ ਪਹਿਲਾ ਹੈ ਗॉड ਪਰਮਾਤਮਾ ਪਰਮਾਤਮਾ ਦੇ ਵਿੱਚ ਗॉड ਦੇ ਵਿੱਚ ਵਿਸ਼ਵਾਸ ਤਾਂ ਰੱਖਦੇ ਸਨ ਲੇਕਿਨ ਇਹ ਕਹਿੰਦੇ ਸਨ ਕਿ ਜਿਹੜਾ ਗॉड ਹੈ ਉਹਦਾ ਦਰਜਾ ਜਿੰਨਾ ਤੋਂ ਜਾਨੀ ਕਿ ਜਿਹੜਾ ਕਬੱਲਿਆ ਹਾਸਲ ਕਰ ਲੈਂਦਾ ਹੈ ਉਹਦੇ ਤੋਂ ਇੱਕ ਦਰਜਾ ਥੱਲੇ ਹੈ ਔਰ ਕਾਸ ਸਿਸਟਮ ਬਾਰੇ ਇਹਨਾਂ ਦਾ ਵਿਚਾਰ ਸੀਗਾ ਕਿਉਂਕਿ ਕਾਸਟ ਕਾਸ ਸਿਸਟਮ ਨੂੰ ਇਹਨਾਂ ਨੇ ਨੈਗਲੈਕਟ ਨਹੀਂ ਕੀਤਾ ਭੰਡਿਆ ਨਹੀਂ ਹੈ ਇਹਨਾਂ ਨੇ ਕਾਸ ਸਿਸਟਮ ਬਾਰੇ ਇੱਕ ਵਿਚਾਰ ਸੀਗਾ ਕਿ ਬੰਦੇ ਦੀ ਦਾ ਜਨਮ ਜਿਹੜਾ ਹੈ ਜਿਸ ਕਾਸਟ ਵਿੱਚ ਹੁੰਦਾ ਹੈ ਉਹਦੇ ਪੁਰਾਣੇ ਕਰਮਾਂ ਦਾ ਫਲ ਹੈ ਇਹਦੇ ਨਾਲ ਕਾਸ ਸਿਸਟਮ ਨੂੰ ਬੜਾਵਾ ਹੀ ਮਿਲਿਆ ਤੋਂ ਕਰਮ ਸਿਧਾਂਤ ਦੀ ਜਦੋਂ ਗੱਲ ਕਰਦੇ ਇਹਨਾਂ ਦੇ ਕਰਮ ਸਿਧਾਂਤ ਵਿੱਚ ਇਹਨਾਂ ਨੇ ਕਿਹਾ ਕਿ ਕਰਮਾ ਦੇ ਮੁਤਾਬਕ ਤੁਹਾਨੂੰ ਫਲ ਮਿਲਣਾ ਹੈ ਇਹ ਹਿੰਦੂਇਸਮ ਤੋਂ ਹੀ ਇਹਨਾਂ ਨੇ ਚੱਕਿਆ ਔਰ ਯੂਨੀਵਰਸ ਬਾਰੇ ਬ੍ਰਹਿਮੰਡ ਬਾਰੇ ਬ੍ਰਹਿਮੰਡ ਦੇ ਇਹ 6 ਤਤ ਮੰਨੇ ਨੇ ਜੀਵਾ ਜਨਨੇ ਕੇ ਸੋਲ ਆਤਮਾ ਪੁਰਗਾਡਾ ਪੁਰਗਾਡਾ ਦਾ ਮਤਲਬ ਹੈ ਕਿ ਪਦਾਰਤ ਧਰਮ ਧਰਮ ਦਾ ਮਤਲਬ ਮੋਸ਼ਨ ਗਤੀ ਅਧਰਮ ਉਸ ਦਾ ਮਤਲਬ ਹੈ ਸਥਿਰਤਾ ਆਕਾਸ਼ ਸਕਾਈ اور ਕਾਲ ਸਮਾ ਅਖੀਰਲੇ ਜਿਹੜੇ ਪੰਜ ਤਤ ਨੇ ਜੀਵਾ ਤੋਂ ਬਗੈਰ ਉਹ ਕਹਿੰਦੇ ਨੇ ਕਿ ਇਹ ਨਾਸ਼ਮਾਨ ਹਨ ਇਹ ਡਿਸਟਰਾਏ ਹੋ ਜਣੇ ਹਨ ਔਰ ਪਰਮਾਨੈਂਟਰ ਜੋ ਤਤ ਹੈ ਉਹ ਸੋਲ ਹੈ ਉਹ ਅੱਗੇ ਤੋਂ ਅੱਗੇ ਟਰਾਂਸਫਰ ਹੁੰਦੀ ਜਾਂਦੀ ਆ ਜਿਸ ਨੂੰ ਟਰਾਂਸਫਰ ਮਾਈਗ੍ਰੇਸ਼ਨ ਆਫ ਸੋਲ ਕਹਿੰਦੇ ਨੇ ਤਤਸਾਰ ਬਾਰੇ ਵੀ ਇਹਨਾਂ ਦੋਨਾਂ ਪੰਥਾਂ ਦੇ ਵੱਖਰੇਵੇਂ ਹਨ ਪਰ ਮੋਟੀ ਮੋਟੀ ਗੱਲ ਅਸੀਂ ਜਿਹੜੀ ਹੈਗੀ ਆ ਉਹ ਪ੍ਰਾਣ ਪ੍ਰਮਾਣ ਔਰ ਗਿਆਨ ਦੀ ਗੱਲਾਂ ਦੇ ਉਹ ਕਹਿੰਦੇ ਸੱਚਾ ਗਿਆਨ ਪ੍ਰਮਾਣ ਆਧਾਰਤ ਹੁੰਦਾ ਹੈ ਜਿਸ ਦਾ ਕੋਈ ਪ੍ਰਮਾਣ ਨਹੀਂ ਹੈ ਉਹ ਨੌਲੇਜ ਸੱਚੀ ਨਹੀਂ ਹੋ ਸਕਦੀ ਔਰ ਇਹ ਤਤਸੁਤਰ ਵਿੱਚੋਂ ਇੱਕ ਦੋ ਉਹਨਾਂ ਦੇ ਵੱਡੀਆਂ ਟੈਕਸਟ ਨੇ ਤਤਸੁਤਰ ਤੇ ਇੱਕ ਨੰਦੀ ਹੈ ਉਹਨਾਂ ਤੋਂ ਪੜਨ ਤੋਂ ਬਾਅਦ ਪਤਾ ਲੱਗਦਾ ਹੈ ਔਰ ਗਿਆਨਦਿਆ ਵੀ ਜਿਵੇਂ ਅੱਗੇ ਦੱਸੀ ਗੱਲ ਮੈਂ ਕਿ ਇਹਨਾਂ ਨੇ ਕਿਸਮਾਂ ਦਸੀਆਂ ਨੇ ਇੱਕ ਹੈਗਾ ਜਨਨਾਂ ਜਨਨਾਂ ਦਾ ਮਤਲਬ ਹੈ ਗਿਆਨ ਇੰਦਰੀਆ ਤੋਂ ਜਿਹੜਾ ਗਿਆਨ ਪ੍ਰਾਪਤ ਹੋਇਆ ਔਰ ਦੂਸਰਾ ਹੈਗਾ ਸ਼ਰੁਤ ਜਨਨਾ ਜਿਹੜਾ ਪੜਿਆ ਸੁਣਿਆ ਪ੍ਰਾਪਤ ਹੁੰਦਾ ਹੈ ਤੀਜਾ ਹੈਗਾ ਅਵਦੀ ਗਿਆਨ ਇਹਨੂੰ ਉਹਨਾਂ ਨੇ ਕਲੀਅਰ ਵਾਇਲੈਂਸ ਕੀ ਹੈ ਤੋਂ ਮਨਾ ਪ੍ਰਯਾਗ ਗਿਆਨ ਇਹਨਾਂ ਵਾਸਤੇ ਬਹੁਤ ਇੰਪੋਰਟੈਂਟ ਗਿਆਨ ਹੈ ਜਿਹਨੂੰ ਟੈਲੀਪੈਥੀ ਆਪਾਂ ਕਹਿ ਸਕਦੇ ਆ ਉਹਨੂੰ ਮਨ ਪ੍ਰਹ ਗਿਆਨ ਗਿਆ ਇਹਨਾਂ ਨੇ ਅਗਲਾ ਹੈਗਾ ਕੁਵਲਿਆ ਜਿੱਦਾਂ ਪਹਿਲਾਂ ਉਹ ਗਿਆਨ ਕੀ ਗੱਲ ਕੀਤੀ ਹੈ ਕਿ ਕੁਵਲਿਆ ਗਿਆਨ ਦੀ ਇਹਨਾਂ ਦੀ ਆਖੀਰਲੀ ਸਟੇਜ ਹੈਗੀ ਆ ਕੁਵਲਿਆ ਮੀਨਸ ਓਮਨੀ ਸੈਂਸ ਆਤਮਾ ਬਾਰੇ ਇਹਨਾਂ ਦੇ ਵਿਚਾਰ ਜਿਹੜੇ ਹੈਗੋ ਉਹ ਕਹਿੰਦਾ ਇਹਨਾਂ ਕਹਿੰਦੇ ਕਿ ਬਹੁਤ ਸਾਰੀਆਂ ਆਤਮਾਵਾਂ ਹਨ ਔਰ ਹਰ ਆਤਮਾ ਦੇ ਤਿੰਨ ਤੱਤ ਹੁੰਦੇ ਆ ਜਨ ਕੇ ਸੋਲ ਦੇ ਵੀ ਤਿੰਨ ਤੱਤ ਨੇ ਤਿੰਨ ਤੱਤ ਵਿੱਚ ਅਗਰ ਕੁਆਲਿਟੀ ਜਨ ਕੇ ਗੁਣ ਉਹਦਾ ਉਹ ਕਿਦਾਂ ਦੀ ਹੈ ਬੈਡ ਆ ਕਿ ਗੁੱਡ ਸੋਲਿਆ ਗੁਣ ਚੇਤਨਤਾ ਸੋਲ ਦਾ ਤੱਤ ਹੈ ਜਿਹਨੂੰ ਕੌਨਸ਼ੀਅਸਨੈਸ ਆਪਾਂ ਕਹ ਦਿੰਦੇ ਆ ਅੱਗੇ ਆ ਜਾਂਦਾ ਸੁਖ ਜਿਹਨੂੰ ਅਸੀਂ ਕਹ ਦਿੰਦੇ ਆ ਬਲੈਸ ਔਰ ਵ੍ਰਿਹ ਵਰਬੀ ਨੈਸ਼ਨਲ ਜੈਨਿਕ એનર્ਜੀ ਜਿਹੜੀ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਵਾਈਬਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਇਹਨਾਂ ਨੇ ਵਰਬੀ ਨੈਸ਼ਨਲ ਕਿਹਾ ਜਿਹਨੂੰ ਵਿਰਹਾ ਕਿਹਾ ਗਿਆ ਆਤਮਾ ਜਿਵੇਂ ਅਸੀਂ ਗੱਲ ਕੀਤੀ ਆਪਾਂ ਕਿ ਬੁਰੀ ਤੇ ਭਲੀ ਦੋ ਤਰ੍ਹਾਂ ਦੀਆਂ ਨੇ ਔਰ ਜਿੱਥੋਂ ਤੱਕ ਜਿੱਦਾਂ ਲੋਕ ਲੋਕਸ ਜਿਹੜੇ ਹੈਗੇ ਨੇ ਲੋਕ ਪਰਲੋਕ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਵਿੱਚ ਇਹਨਾਂ ਨੇ ਤਿੰਨ ਲੋਕਾਂ ਦਾ ਜ਼ਿਕਰ ਕੀਤਾ ਹੈ ਮਿਡਲ ਅਪਰ ਲੋਅਰ ਜਿਨ੍ਹਾਂ ਨੂੰ ਉਧਰ ਜਨੇ ਕੇ ਅਪਰ ਮੱਧ ਮਿਡਲ ਅਤੇ ਅਦੋ ਲੋਕ ਜਿਹੜਾ ਲੋਅਰ ਹੈ ਉਹਨੂੰ ਕਿਹਾ ਗਿਆ ਔਰ ਇਹਨਾਂ ਦਾ ਸੂਤਰ ਹੈ ਇਹਨਾਂ ਦਾ ਮੰਨਣਾ ਹੈ ਕਿ ਯੂਨੀਵਰਸ ਜਿਹੜੀ ਹੈਗੀ ਹੈ ਜੋ ਬ੍ਰਹਿਮੰਡ ਹੈ ਇਹਦਾ ਕੋਈ ਕ੍ਰੇਟਰ ਨਹੀਂ ਹੈਗਾ। ਔਰ ਇਹ ਆਪਣੇ ਆਪ ਤੋਂ ਬਣੀ ਹੈ। ਇਹਦਾ ਕੋਈ ਗਵਰਨਰ ਵੀ ਨਹੀਂ ਹੈ। ਔਰ ਇਹਦਾ ਕੋਈ ਜੱਜ ਜਾਂ ਡਿਸਟਰਾਇਰ ਨਹੀਂ ਹੈ। ਇੱਕ ਇੰਡੀਪੈਂਡੈਂਟ ਫੀਨੋਮਨਾ ਹੈ। ਨਾ ਕੋਈ ਦਾ ਕਾਲ ਹੈ। ਅਗਲਾ ਪੁਆਇੰਟ ਜੇ ਅਸੀਂ ਐਗਜ਼ਾਮੀਨੇਸ਼ਨ ਪੁਆਇੰਟ ਅਗੇ ਤੋਂ ਦੇਖਣਾ ਹੋਵੇ ਤਾਂ ਉਹ ਹੈ ਅ ਸਾਲਵੇਸ਼ਨ ਜਾਂ ਲਿਬਰੇਸ਼ਨ ਇਹ ਮੁਕਤੀ ਦਾ ਰਾਜ ਰਹਿ ਉਹ ਤਿੰਨ ਜੁਅਲਸ ਜਿਨ੍ਹਾਂ ਨੂੰ ਤ੍ਰੀ ਰਤਨ ਵੀ ਕਿਹਾ ਜਾਂਦਾ ਹੈ ਉਸ ਪਾਠ ਚੋਂ ਲੱਭਦੇ ਨੇ ਉਹ ਤਿੰਨ ਜੁਅਲ ਹਨ ਅ ਸਮੇਤ ਦਰਸ਼ਨ ਦੂਜਾ ਹੈ ਸਮੇਤ ਗਿਆਨ ਅਰਤੀਜ ਹੈ ਸਮੇਤ ਚੈਰੈਕਟਰ ਨੂੰ ਕੇਐਫਸੀ ਵੀ ਕਿਹਾ ਜਾ ਸਕਦਾ ਹੈ ਕੇ ਨੌਲਜ ਐਫੇਡ ਸੀ ਕੰਡਕਟ ਤੋਂ ਜਿਹੜੀਆਂ ਪਰਫੈਕਟ ਸੋਲਸ ਹੁੰਦੀਆਂ ਐ ਇਹਨਾਂ ਨੇ ਜਿਹੜੀਆਂ ਵਿਦਆਊਟ ਤੇ ਵਿਦ ਬੋਡੀ ਇਹਨਾਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੈ ਇੱਕਈ ਵਾਰ ਮੈਂ ਪੇਪਰ ਦੇ ਸਵਾਲਾਂ ਦੇ ਵਿੱਚ ਜਿਹੜਾ ਹੈਗਾ ਦੇਖਿਆ ਕਿ ਜਿਹੜੀ ਸੋਲ ਜਿਹੜੀ ਪਰਫੈਕਟ ਸੋਲ ਹੈ ਵਿਦ ਬੋਡੀ ਉਹਨੂੰ ਇਹਨਾਂ ਨੇ ਕਿਹਾ ਅਰਿਹਾਂਤ ਜਿਹੜੀ ਪਰਫੈਕਟ ਸੋਲ ਹੈ ਵਿਦਆਊਟ ਬੋਡੀ ਉਹਨੂੰ ਕਹਿਆ ਨੇ ਸਿੱਧਸ ਸੋ ਮੁੱਖ ਇਹਨਾਂ ਦਾ ਜਿਹੜਾ ਸਿਧਾਂਤ ਹੈ ਉਹ ਅਹਿੰਸਾ ਹੀ ਹੈ ਤੇ ਅਨੇਕਤਾਵਾਦ ਹੈ ਜਿਹੜੀ ਮੈਂ ਪਹਿਲਾਂ ਗੱਲ ਕਰ ਚੁੱਕਾ ਹਾਂ ਔਰ ਇਹ ਜਿਹੜੀ ਸਚਾਈ ਹੈ ਜਿਹੜਾ ਟਰੂਥ ਦੀ ਗੱਲ ਕਰਦੀ ਹੈ ਉਹ ਬਹੁਤ ਕੰਪਲੈਕਸ ਹੈ ਬਹੁਤ ਜਟਿਲ ਹੈ ਉਹ ਕਿੰਨੀ ਸਚਾਈ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਹਦਾ ਪ੍ਰਗਟਾਵਾ ਜਿਹੜਾ ਹੈ ਉਹ ਪੋਸੀਬਲ ਨਹੀਂ ਹੈ ਆਤਮਾ ਅਤੇ ਪਦਾਰਥ ਨੂੰ ਦਵੰਦ ਦੇ ਯਾਨੀ ਕਿ ਡੁਅਲਿਜ਼ਮ ਦੇ ਦਵੰਦ ਦੇ ਫਰੇਮਵਰਕ ਦੇ ਸੰਕਲਪ ਵਿੱਚ ਰੱਖ ਕੇ ਸਮਝਿਆ ਜਾ ਸਕਦਾ ਹੈ ਵੱਖਰੇ ਵੱਖਰੇ ਨੇ ਔਰ ਜੇ ਅਸੀਂ ਇਹਨਾਂ ਦੀ ਅਗਲੀ ਕੋਈ ਪੁਆਇੰਟ ਦੇਖਣਾ ਹੋਵੇ ਤਾਂ ਉਹਨੂੰ ਅਪਾਰਗ੍ਰਹਿ ਇਹਨਾਂ ਦਾ ਵੱਡਾ ਸਿਧਾਂਤ ਰਿਹਾ ਹੈ ਅਪਾਰਗ੍ਰਹਿ ਦਾ ਮਤਲਬ ਹੈ ਕਿ ਨਾਨ ਅਟੈਚਮੈਂਟ ਜਿਹੜੀ ਪਹਿਲੋਂ ਗੱਲ ਕੀਤੀ ਹੈ ਨਾਨ ਪੰਜਾਸੁਨਸ ਦੀ ਇਹ ਬੀਸਿਕਲੀ ਉਹ ਹੀ ਗੱਲ ਹੈ ਕਿ ਸੰਸਾਰਿਕ ਜਕੜ ਨੂੰ ਛੱਡ ਦੇਣਾ ਹੈ ਖਾਸ ਕਰਕੇ ਜਿਹੜੇ ਭਿਖਸ਼ੂ ਨੇ ਨੰਸ ਨੇ ਭਿਖਸ਼ੁਣੀਆਂ ਨੇ ਉਹਨਾਂ ਨੂੰ ਤੇ ਇਹ ਹਦਾਇਤ ਹੈ ਕਿ ਪੂਰੀ ਤਰ੍ਹਾਂ ਸੰਸਾਰਿਕ ਜਕੜ ਤੋਂ ਆਜ਼ਾਦ ਹੋਣਾ ਹੈ ਇਸੇ ਤਰ੍ਹਾਂ ਇਹ ਇੱਕ ਮੈਂ ਜਦੋਂ ਪਹਿਲਾਂ ਜ਼ਿਕਰ ਕੀਤਾ ਹੈ ਸਲੇਖਣਾ ਸਲੇਖਣਾ ਜਿਹੜੀ ਸ਼ਕਤੀ ਹੈ ਜੀਆ ਸਲੇਖਣਾ ਜਿਹੜੀ ਇੱਕ ਰੀ ਰੀਤ ਹੈ ਉਹਨੂੰ ਜਿਹੜੀਆਂ ਪਿਖਸ਼ੂ ਪਿਖਸ਼ਣੀਆਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਉਹਦੇ ਤੇ ਅਮਲ ਕਰਨ ਜਿਵੇਂ ਅਸੀਂ ਸਲੋ ਡੈਥ ਗਿਆ ਰਿਲੀਜੀਅਸ ਡੈਥ ਡੈਥ ਗਿਆ ਦੋਤਨ ਟੈਕਸਟ ਦਾ ਮੈਂ ਪਹਿਲਾਂ ਅੰਤ ਅ ਜ਼ਿਕਰ ਕਰ ਚੁੱਕਾ ਹਾਂ ਇਹ ਟੈਕਸਟਰੀਆਂ ਨਦੀਆਂ ਨਾਨ ਕਰੋਨੋਲੋਜੀਕਲ ਹੈ ਨਾਟ ਨਾਨ ਕਰੋਨੋਲੋਜੀਕਲ ਸੌਰੀ ਨਾਨ ਕਨੋਲੋਜੀਕਲ ਟੈਕਸਟ ਦੇ ਇੱਕ ਟੈਕਸਟ ਰਹੀ ਕਲਪਸੂਤਰ ਜਿਹੜੀ ਐਟਰੀਬਿਊਟ ਕੀਤੀ ਹੋਈ ਹੈ ਬੱਧਰਬਾਹੂ ਨੂੰ ਪਹਿਲਾਂ ਵੀ ਇੱਕ ਟੈਕਸਟ ਦਾ ਮੈਂ ਜ਼ਿਕਰ ਕੀਤਾ ਸੀ ਤਤਸੂਤਰਾ ਜਦੋਂ ਕਿ ਤਤਵਸੂਤਰ ਇਹ ਇਹਨਾਂ ਦੀ ਟੈਕਸਟ ਜਿਹੜੀ ਲਿਖੀ ਹੈਗੀ ਆ ਅਮਾਸ ਵਤੀ ਦੇ ਔਰ ਇਹ ਟੈਕਸਟ ਜਿਹੜੀ ਹੈਗੀ ਆ ਆਚਾਰੀਆ ਪੁਰਸ਼ਪ ਨੂੰ ਡੋਨੇਟ ਹੈ ਇਸ ਤੋਂ ਲਾਭ ਇਹਨਾਂ ਦੀ ਟੈਕਸਟ ਨੇ ਸਮਿਆਸਾਰ ਰਤਨਨੰਦ 23 ਨਿਮਸ ਸਾਰ ਇਹਨਾਂ ਦੀਆਂ ਮੇਜਰ ਟੈਕਸਟ ਨੇ ਜਿਨ੍ਹਾਂ ਦਾ ਯਾਦ ਰੱਖਣ ਦੀ ਲੋੜ ਹੈ ਐਗਜ਼ਾਮੀਨਰ ਕਈ ਵਾਰ ਇਹਨਾਂ ਦੀ ਟੈਕਸਟ ਦੇ ਵਿੱਚੋਂ ਵੀ ਸਵਾਲ ਪੁੱਛ ਸਕਦਾ ਹੈ ਇਸ ਟੈਕਸਟ ਦੀ ਔਰ ਇਸ ਧਰਮ ਦੀ ਸੋਸਾਇਟੀ ਨੂੰ ਕੀ ਦੇਣਾ ਕੰਟਰੀਬਿਊਸ਼ਨ ਸਭ ਤੋਂ ਪਹਿਲਾ ਤਾਂ ਵੱਡੀ ਇਹ ਹੀ ਹੈ ਕਿ ਜਿਹੜਾ ਅਹਿੰਸਾ ਦਾ ਸਿਧਾਂਤ ਇਹਨਾਂ ਨੇ ਸੋਸਾਇਟੀ ਨੂੰ ਦਿੱਤਾ ਉਸ ਨਾਲ ਸੋਸਾਇਟੀ ਦੀ ਇਕਨੋਮਿਕ ਰਿਲੀਜੀਅਸ অর ਸੋਸ਼ਲ ਕੰਡੀਸ਼ਨ ਦੇ ਉੱਤੇ ਬਹੁਤ ਅਸਰ ਪਿਆ ਇਕਨੋਮਿਕ ਕੰਡੀਸ਼ਨ ਤੇ ਇਸ ਤਰ੍ਹਾਂ ਅਸਰ ਪਿਆ ਕਿ ਬਹੁਤ ਸਾਰਾ ਪਸ਼ੂ ਤਨ ਜਿਹੜਾ ਸੈਕਰੀਫਾਈਸਸ ਰਹੀ ਬਰਬਾਦ ਹੋ ਜਾਂਦਾ ਸੀਗਾ ਉਹ ਬੱਚਿਆ ਤੇ ਰਿਲੀਜਨ ਜਿਹੜਾ ਹੈਗਾ ਉਹ ਜਿਹੜਾ ਬਹੁਤ ਪਹਿਲਾਂ ਮਹਿੰਗਾ ਸੀਗਾ ਉਹ ਹੁਣ ਆਮ ਬੰਦਾ ਵੀ ਚਾਹੇ ਉਹ ਕਿਸੇ ਵੀ ਵਰਣ ਵਿੱਚ ਸੀਗਾ ਉਸ ਨੂੰ ਪਰਫਾਰਮ ਕਰ ਸਕਦਾ ਸੀ ਆਰਟ ਐਂਡ ਆਰਕੀਟੈਕਚਰ ਦੇ ਵਿੱਚ ਇਹਨਾਂ ਦੀ ਆਰਕੀਟੈਕਚਰ ਦੀ ਗੱਲ ਕਰੀਏ ਤਾਂ ਕੁਛ ਕੁ ਸਾਨੂੰ ਮੋٹے ਮੋٹے ਜਿਹੜੇ ਇਹਨਾਂ ਦੇ ਮੰਦਰ ਨੇ ਜਾਂ ਸਤੰਭ ਨੇ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਤਾਂ ਕਿ ਉਸ ਪਾਸਿਓਂ ਵੀ ਅਸੀਂ ਪੂਰੇ ਕੈਮ ਰਹੀਏ ਕੀਰਤੀ ਸਤੰਭ ਦਾ ਨਾਮ ਸੁਣਿਆ ਹੋਣਾ ਚਤੌਰ ਚ ਇਹ ਜਿਹੜੇ ਸਤੰਭ ਨੇ ਜਾਂ ਇਹਨਾਂ ਦਾ ਡੇਰਾ ਸਰ ਕਹਿੰਦੇ ਉਹਨਾਂ ਨੂੰ ਕਈਆਂ ਨੂੰ ਬਸਾਦੀ ਵੀ ਕਿਹਾ ਉਹਨਾਂ ਨੇ ਇਹ ਪੂਜਾ ਦੀ ਜਗ੍ਹਾ ਹੈ ਮਾਨਸਤੰਭ ਇਹ ਆਮ ਤੌਰ ਤੇ ਜਿਹੜੇ ਸਤੰਭ ਨੇ ਇਹ ਜੈਨ ਮੰਦਰਾਂ ਦੇ ਅੱਗੇ ਬਣਾਏ ਜਾਂਦੇ ਸਨ ਜਿਹਨੂੰ ਆਨਰ ਵਜੋਂ ਜਿਹੜਾ ਹੈਗਾ ਉਹ ਸਤੰਭ ਬਣਾਇਆ ਜਾਂਦਾ ਸੀ ਖਾਜੂਰਾਹੋ ਜੈਨ ਕੰਪਲੈਕਸ ਅਤੇ ਨਾਰਾਇਣ ਮੰਦਿਰ ਜਿਹੜਾ ਹੈਗਾ ਜੈ ਨਾਰਾਇਣ ਮੰਦਿਰ ਉਹ ਸਾਨੂੰ ਪਤਾ ਹੈ ਕਿ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਹਿੱਸਾ ਹਨ ਕਈ ਵਾਰ ਐਗਜ਼ਾਮੀਨਰ ਇਸ ਤਰ੍ਹਾਂ ਹੀ ਪੁੱਛਦਾ ਹੈ ਕਿ ਜੈਨਤਰ ਮੰਡੀ ਜਿਹੜੀ ਕਿਹੜੀ ਜਗ੍ਹਾ ਹੈ ਜਿਹੜਾ ਕਿਹੜਾ ਕੰਪਲੈਕਸ ਹੈਗਾ ਉਹ ਵਰਲਡ ਹੈਰੀਟੇਜ ਯੂਨੈਸਕੋ ਦਾ ਹਿੱਸਾ ਹੈਗਾ ਸਵਰਨਭਗ ਬੰਗਾਲਾ ਇੱਕ ਕਰਨਾਟਕ ਦੇ ਵਿੱਚ ਹੈ ਕਰਨਾਟਕ ਦੇ ਵਿੱਚ ਜੇ ਇਹਦੀ ਬਹੁਤ ਮੰਨਤਾ ਹੈ ਕਿ ਇੱਥੇ ਜਿਹੜੀ ਹੈ ਉਸ ਰਾਜੇ ਨੇ ਉਸ ਲਿਖਣਾ ਰੀਤੀ ਜਿਹੜੀ ਹੈਗੀ ਆ ਉਹ ਪਰਫਾਰਮ ਕੀਤੀ ਸੀਗੀ ਔਰ ਉਸ ਤੋਂ ਬਾਅਦ ਗਮਤੇਸ਼ਵਰ ਮੰਦਿਰੇ ਥੈ ਰਹਿ ਗਿਆ ਉਹ ਬਣਾਇਆ ਗਿਆ ਔਰ ਉਹ ਵਨੌਥੀ ਡੀ ਟੈਂਕਰ ਦੇ ਪੁੱਤਰ ਦੀ ਯਾਦ ਵਿੱਚ ਬਣਾਇਆ ਸ਼ੇਵਰਾ ਕੰਬਾੜਾ ਬਸਾਦੀ ਇਹ ਇੰਪੋਰਟੈਂਟ ਇਹਨਾਂ ਦੇ ਮੰਦਰ ਹਨ ਇਹ ਤੋਂ ਲਗਾਂ ਜੈਨ ਸੈਂਟਰ ਇਨ ਕਰਨਾਟਕ ਰੈਂਕਪੁਰ ਵਿੱਚ ਦਿਲਵਾਰਾ टेंपल पार्श्वनाथ टेंपल इन खाजुराव गिरनार टेंपल जलामा मुखी और पावापुरी शिखर जी शिखर जी ਦਾ ਮੈਂ ਜ਼ਿਕਰ ਕਰਨਾ ਚਾਹੂੰਗਾ ਇਹਨਾਂ ਦਾ ਪਿਲਗ੍ਰਿਮੇਜ ਸੈਂਟਰ ਹੈਗਾ ਜਿੱਦਾਂ ਆਪਣੇ ਜਿਹੜੇ ਹੈਗੇ ਨੇ ਤੀਰਥ ਸਥਾਨ ਹੈਗੇ ਨੇ ਤੀਰਥ ਸਥਲ ਹੈਗੇ ਨੇ ਇਹ ਸ਼ਿਖਰ ਜੀ ਜਿਹੜਾ ਹੈਗਾ ਇਹ ਇਹਨਾਂ ਦਾ ਪ੍ਰਿੰਸੀਪਲ ਰਿਸੈਂਟਰ ਹੈ ਸਿੱਧ ਕਸ਼ਤ ਸਾਈਟਨ ਮੋਕਸ਼ਾ ਔਰ ਇਨਾਂ ਦੀਆਂ ਹੋਰ ਡਿਵੀਜ਼ਨ ਔਰ ਡੀਸੈਂਸ ਵੀ ਮਿਲਦੇ ਹਨ ਬੁੱਤ ਦੇ ਵਿੱਚ ਜਿਹਨੂੰ ਕਿ ਟੈਕਸਟ ਦੇ ਵਿੱਚ ਸਾਨੂੰ ਸੁਪਰਸ਼ ਵੈਂਥ ਗਮਤੇਸ਼ਵਰ ਜਿੱਥੇ ਉਹ ਸਵਰਨ ਬੰਗੇਲਾ ਦੇ ਵਿੱਚ ਬਣਿਆ ਨਾ ਉਹ ਗਮਤੇਸ਼ਵਰ ਦਾ ਬਹੁਤ ਉੱਚਾ ਲਮਾ ਕਹਿੰਦੇ ਆਕਰੀਬ 80 ਫੁੱਟ ਦੇ ਹੋ ਹੈ ਐਡਾ ਵੱਡਾ ਬੁੱਤ ਜਿਹੜਾ ਹੈਗਾ ਉਹਨੂੰ ਨੇ ਖੜਾ ਕੀਤਾ ਉੱਥੇ ਤੇ ਜਿਹਨੂੰ ਬਾਹੂਬਲੀ ਦਾ ਵੀ ਕਹਿੰਦੇ ਨੇ ਬਾਹੂਬਲੀ ਵੀ ਉਦਨਾ ਹੋਇਆ ਉਦੇਗਰੀ ਤੇ ਖੰਡਗਰੀ ਗੁਫਾ ਇਹ ਵੀ ਜੈਨ ਸਥਨਲੇ ਜੈਨ ਸਤੰਭ ਔਰ ਜੈਨ ਬੁੱਤਾਂ ਕਾੜੀ ਦਾ ਜਿਹੜਾ ਹੈਗਾ ਉਹ ਨਮੂਨਾ ਹਨ अर्ली ਦੂਸਰਾ ਜਿਹੜਾ ਇਹਨਾਂ ਦੀ ਰਹੀ ਹੈ ਨਾ ਸੋਸਾਇਟੀ ਨੂੰ ਦੇਣ ਉਹਨਾਂ ਦੇ ਅਰਲੀ ਜੈਨ ਜਿਹੜੇ ਹੈਗੇ ਨੇ ਉਹਨਾਂ ਨੇ ਸੰਸਕ੍ਰਿਤ ਜਿਹੜੀ ਹੈਗੀ ਉਹਨੂੰ ਡਿਸਕਾਰਡ ਕੀਤਾ ਦੇ ਅਡਾਪਟਡ ਪ੍ਰਾਕਿਰਤ ਲੈਂਗੁਏਜ ਆਫ ਕਾਮਨ ਪੀਪਲ ਆਮ ਲੋਕਾਂ ਦੀ ਭਾਸ਼ਾ ਵਿੱਚ ਪ੍ਰਕਿਰਤਾਂ ਵਿੱਚ ਗੱਲ ਕੀਤੀ ਔਰ ਜਦੋਂ ਉਹਨਾਂ ਨੇ ਪ੍ਰਕਿਰਤ ਵਿੱਚ ਗੱਲ ਕੀਤੀ ਆਪਣਾ ਪ੍ਰਚਾਰ ਕੀਤਾ ਔਰ ਟੈਕਸਟ ਜਿਹੜੀ ਹੈਗੀਆਂ ਪ੍ਰਕਿਰਤ ਵਿੱਚ ਲਿਖੀਆਂ ਤਾਂ ਉਹਨਾਂ ਨੂੰ ਜਿਹੜੀਆਂ origignal ਲੈਂਗੁਏਜ ਸਨ ਉਹਨਾਂ ਨੂੰ ਬਹੁਤ ਬੜਾਵਾ ਮਿਲਿਆ ਔਰ ਉਹਨਾਂ ਦੇ ਵਿੱਚੋਂ ਹੀ ਉਹਨਾਂ ਪ੍ਰਕਿਰਤਾਂ ਦੇ ਵਿੱਚੋਂ ਹੀ ਆ ਅਰਧमागधी ਸ਼ੋਰਸ਼ਣੀ ਮਰਾਠੀ ਕੰਨੜਾ ਇਹ ਆਦ ਜਿਹੜੀਆਂ ਹੋਰ ਵੀ ਕਈ ਰੀਜਨਲ ਲੈਂਗੁਏਜ ਹਨ ਉਹਨਾਂ ਦੀਆਂ ਪ੍ਰਕਿਰਤਾਂ ਵਿੱਚੋਂ ਜਨ ਮਿਲਦੀਆਂ ਇਸ ਕਰਕੇ ਮੈਂ ਕਿਉਂਕਿ ਇਹ ਲੰਮਾ ਜ਼ਿਆਦਾ ਨਾ ਹੋ ਜਾਵੇ ਇਹਨਾਂ ਦੱਸਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਇਮਤਿਹਾਨ ਵਿੱਚ ਜਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਹਨ ਮੈਂ ਉਹਨਾਂ ਦੇ ਉੱਤੇ ਹੀ ਸਿਰਫ ਕਨਸੈਂਟਰੇਟ ਕੀਤਾ ਨਹੀਂ ਤਾਂ ਕਿਸੇ ਧਰਮ ਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਜਾਣਨ ਲਈ ਬਹੁਤ ਲੰਮੀ ਵੀਡੀਓ ਬਣ ਜਾਂਦੀ ਹੈ ਥੈਂਕ ਯੂ ਧੰਨਵਾਦ